ਅੱਜ ਸੰਡੇ ਦਾ ਕੰਮ ਨੂੰ ਤਾਂ ਗਏ ਨਹੀਂ ਹੈਗੇ, ਸਵੇਰ ਦੇ ਵਿਹਲੇ ਦੇ ਬਸ ਘਰਾਂ ਪਏ ਰਹੇ, ਅਤੇ ਮੈਂ ਸੋਚਿਆ ਤਾਂ ਵਿਚਾਰੋ ਗੱਡੀ ਧੋ ਲੈਂਦੇ ਆ, ਕਈ ਦਿਨ ਹੋ ਗਏ ਲਿਬੜੀ ਖੜੀ ਵੀ ਇੱਦਾਂ ਹੀ, ਗੱਡੀ ਧੋਤੀ ਵੀ ਆ, ਬਸ ਅੰਦਰ ਲਾਉਣ ਲੱਗੇ ਹੁਣ, ਅੰਦਰ ਲਾ ਦਿੰਦੇ ਆ, ਅੰਦਰ ਲਾ ਕੇ ਕਵਰ ਦੇ ਦਿੰਦੇ ਉਹਦੇ ਪਰ, ਵੈਸੇ ਤਾਂ ਅਜੇ ਬਰਸਾਤਾਂ ਹੀ ਆ, ਪਤਾ ਨਹੀਂ ਹੁੰਦਾ ਕਦ ਲੋੜ ਪੈ ਜਾਂਦੀ, ਕਦ ਕੱਢਣੀ ਪੈ ਜਾਂਦੀ ਗੱਡੀ। ਚਲੋ ਜਦ ਕੱਢੂੰਗੇ ਜਦ ਦੀਆਂ ਗੱਲਾਂ, ਫਿਲਹਾਲ ਹੁਣ ਤਾਂ ਨਹੀਂ ਧੋ ਕੇ ਖੜਾਈਏ, ਚੰਗੀ ਨਹੀਂ ਲੱਗਦੀ ਹੈਗੀ ਗੱਡੀ ਲਿਬੜੀ ਖੜੀ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਸਾਰਿਆਂ ਨੇ ਵਧੀਆ ਹੋਗੇ, ਨਵੀਂ ਦਿਨ ਦੀ ਸ਼ੁਰੂਆਤ ਹੋ ਗਈ ਵੀ ਆ, ਰੈਡੀ ਹੋ ਗਏ ਵੇ ਆ, ਮੈਂ ਰੋਟੀ ਖਾਣੀ ਆ, ਰੋਟੀ ਖਾ ਕੇ ਕੰਮ ਨਿਕਲ ਜਾਣਾ, ਕੰਮ ਕਿੱਧਰ ਜਾਣਾ ਕੁਛ ਪਤਾ ਨਹੀਂ ਹੈਗਾ, ਕਿਉਂਕਿ ਜਿੱਥੇ ਕੱਪਬੋਰਡ ਲੱਗੇ ਹੋਏ ਬਣਾਉਣਾ ਉੱਥੇ ਸਮਾਨ ਨਹੀਂ ਹੈਗਾ, ਜੇ ਸਮਾਨ ਆਇਆ ਹੋਊਗਾ ਤਾਂ ਹੀ ਕੰਮ ਚੱਲਣਾ, ਬਸ ਜਿਹੜਾ ਦਰਾਜਿਆਂ ਨੂੰ ਸਰਮੈਕਾ ਲਾਇਆ ਹੋਇਆ ਅਤੇ ਦਰਾਜ ਅੰਦਰ ਪਾ ਦੇਣੇ ਸਰਮੈਕਾ ਬਰਾਬਰ ਕਰਕੇ, ਅਤੇ ਬਾਕੀ ਜਿਹੜੇ ਪੱਲੇ ਆ ਉਹਨਾਂ ਨੂੰ ਕਰੀਪਾਂ ਲਾ ਦਿੱਤੀਆਂ ਸਾਈਡਾਂ ਵਾਲੀਆਂ, ਉਹਨਾਂ ਨੂੰ ਗਰੰਟਰ ਮਾਰ ਕੇ ਪੱਤੀਆਂ ਲੱਗਣੀਆਂ, ਪੱਤੀਆਂ ਵਾਲੇ ਹੀ ਟੈਕਸ ਚਾਹੀਦਾ ਉਹ ਨਹੀਂ ਹੈਗਾ, ਅਤੇ ਬਾਕੀ ਇੱਕ ਸ਼ੀਟ ਪਿੱਛੇ ਚਾਹੀਦੀ ਆ ਜਿਹੜਾ ਚਿੱਟਾ ਸਰਮੈਕਾ ਲੱਗਦਾ ਅੰਦਰਲੀ ਸਾਈਡ, ਅਤੇ ਬਾਕੀ ਹੈਂਡਲ ਹੁੰਡਲ ਚਾਹੀਦੇ ਉਹਨਾਂ ਦੇ, ਪਤਾ ਨਹੀਂ ਬਾਈ ਲੈ ਕੇ ਆਉਣਾ ਪਤਾ ਨਹੀਂ, ਪੁੱਛਣਗੇ ਬਾਈ ਨੂੰ ਇੱਕ ਵਾਰ ਫੋਨ ਕਰਕੇ, ਜੇ ਸਮਾਨ ਨਹੀਂ ਆਇਆ ਹੋਇਆ ਤਾਂ ਬਿੱਕੋ ਨਾ ਗਜੂਗੇ, ਬਿੱਕੋ ਕੰਮ ਚੱਲਦਾ ਉੱਥੇ ਵੀ ਤੇਰਾ ਕੰਮ, ਅਤੇ ਕੱਲ੍ਹ ਸੰਡੇ ਦਾ ਕੱਲ੍ਹ ਆਪਾਂ ਘਰ ਆਈ ਅਤੇ ਬਾਕੀ ਰੋਟੀ ਖਾਂਦੇ ਆ, ਰੋਟੀ ਖਾ ਕੇ ਕੰਮ ਪਰ ਚੱਲਦੇ ਆ, ਅਤੇ ਸਾਡੇ ਕੋਲ ਦੋ ਹੈਲਮਟ ਤੇ, ਇੱਕ ਹੈਲਮਟ ਆ ਪਿਆ ਧੂੜ ਪਈ ਇਹਦੇ ਪਰ, ਅਤੇ ਇੱਕ ਹੈਲਮਟ ਹੋਰ ਪਿਆ ਜਿਹੜਾ ਬੁਲਟ ਨਾਲ ਮਿਲਿਆ ਤਾ, ਜਿਹੜਾ ਸਭ ਤੋਂ ਪਹਿਲਾਂ ਮੋਟਰਸਾਈਕਲ ਲੱਤਾ ਤਾ ਮੈਂ, ਆਹ ਹੈਲਮਟ ਉਹਦੇ ਨਾਲ ਮਿਲਿਆ ਤਾ, ਇਹ ਲਾਉਣ ਦੀ ਲੋੜ ਤਾਂ ਪਈ ਨਹੀਂ ਕਦੇ, ਅਤੇ ਮੈਂ ਸੋਚਦਾ ਹੈਲਮਟ ਬਾਈ ਨੂੰ ਦੇ ਦੂੰਗੇ, ਬਾਈ ਵਾਲਾ ਹੈਲਮਟ ਟੁੱਟ ਗਿਆ ਪਤਾ, ਅਤੇ ਉਹਨਾਂ ਦਾ ਕੰਮ ਆਜੂਗਾ, ਅਸੀਂ ਦੋ ਹੈਲਮਟ ਕਿਆ ਕਰਨੇ ਆ, ਮੈਂ ਤਾਂ ਹੈਲਮਟ ਲਾਉਂਦਾ ਨਹੀਂ ਹੈਗਾ, ਅਤੇ ਵਾਈਫ ਨੂੰ ਲੋੜ ਪੈਂਦੀ ਜੇ ਜਾਣਾ ਆਉਣਾ ਕਿਤੇ, ਉਹ ਦੂਆ ਹੈਲਮਟ ਹੈਗਾ ਬੁਲਟ ਵਾਲਾ, ਉਹ ਠੀਕ ਆ ਕੰਫਰਟ ਆ ਉਹ ਹੈਲਮਟ, ਉਹ ਲੈ ਜੇ ਕਰੂੰਗੇ, ਅਤੇ ਘਰਾਂ ਪਿਆ ਬਾਈ ਖਰਾਬ ਹੋ ਜਾਣਾ ਇਹ, ਕਈ ਸਾਲ ਹੋ ਗਏ ਇਹਨੂੰ, 2015 'ਚ ਬਾਈਕ ਲਿੱਤੀ ਸੀ ਮੈਂ, ਅਤੇ ਜਿੱਦਾਂ ਇੱਦਾਂ ਹੀ ਪਿਆ ਇਹ, ਯੂਜ਼ ਨਹੀਂ ਕਰਿਆ ਹੈਗਾ, ਅਤੇ ਬਾਈ ਦੇ ਕੰਮ ਆਜੂਗਾ ਇਹ, ਅਤੇ ਕੱਪੜਾ ਕੁੱਪੜਾ ਮਾਰ ਦੇ ਪਰ, ਅਤੇ ਬਾਈ ਨੂੰ ਦੇ ਦੂੰਗਾ ਅੱਜ ਜਾ ਕੇ। ਕੰਮ ਪਰ ਪਹੁੰਚ ਗਏ ਆਪਾਂ, ਅਤੇ ਆਪਣਾ ਕੰਮ ਆਹੀ ਆ, ਉਹ ਪੱਲਿਆਂ ਨੇ ਟਿੱਪਾਂ ਪੱਟ ਕੇ ਉਹਨਾਂ ਨੂੰ ਗਰੰਟਰ ਮਾਰਨਾ, ਅਤੇ ਬਾਕੀ ਜਿਹੜਾ ਦਰਾਜਿਆਂ ਨੂੰ ਸਮੈਕਾ ਲੱਗ ਗਏ ਅਤੇ ਇਹਨੇ ਟਿੱਪਾ ਟੁੱਪਾ ਪੱਟ ਕੇ ਇਹਨਾਂ ਨੂੰ ਸਮੈਕਾ ਬਰਾਬਰ ਕਰਨਾ, ਅਤੇ ਬਾਈ ਨੂੰ ਕਰਿਆ ਤਾਂ ਫੋਨ, ਅਤੇ ਬਾਈ ਕਹਿੰਦਾ ਸ਼ਾਇਦ ਦੁਪਹਿਰ ਤੱਕ ਸਮਾਨ ਆ ਜਾਣਾ, ਜੇ ਦੁਪਹਿਰ ਤੱਕ ਸਮਾਨ ਆ ਗਿਆ ਤਾਂ ਅੱਗੇ ਕੰਮ ਚੱਲਣਾ ਹੈ, ਨਹੀਂ ਫਿਰ ਜੇ ਨਹੀਂ ਆਇਆ ਸਮਾਨ ਤਾਂ ਦੁਪਹਿਰ ਤੋਂ ਬਾਅਦ ਬਿੱਕੋ ਲੰਘ ਜਾਣਾ, ਪਰਾਂ ਨਹੀਂ ਛੇੜ, ਜਿੱਥੇ ਦੂਜੀ ਛੇੜ ਕੰਮ ਚੱਲਦਾ ਉੱਧਰ ਜਾ ਕੇ ਲਾਉਂਗੇ ਫਿਰ ਦਿਹਾੜੀ, ਜਿਹੜੀ ਅੱਧੀ ਦਿਹਾੜੀ ਰਹਿ ਜਾਣੀ ਆ, ਜਿੰਨਾ ਕੰਮ ਹੈਗਾ ਪਹਿਲਾਂ ਉਹਨਾਂ ਕਿੰਨੇ ਨਿਬੇੜ ਦਿੰਦੇ ਆ, ਬਾਕੀ ਫਿਰ ਦੇਖਦੇ ਆ ਦੁਪਹਿਰ ਤੋਂ ਬਾਅਦ। ਛੋਟੇ ਦਰਾਜ ਤਾਂ ਹੋ ਗਏ ਬਰਾਬਰ, ਅਤੇ ਆਵਲੇ ਰਹਿ ਗਏ ਤਿੰਨ, ਇਹਨਾਂ ਨੂੰ ਵੀ ਕਰ ਦਿੰਦੇ ਨਾਲੇ, ਇਹਨੂੰ ਹੈਂਡਲ ਵੀ ਲਾ ਕੇ ਫਿਰ ਪਾਉਂਦੇ ਠੀਕ ਹੈ ਨਾ, ਨਹੀਂ ਫਿਰ ਕੱਢਣੇ ਪੈਣੇ ਬਾਹਰ ਹੈਂਡਲ ਲਾਉਣੇ ਆ, ਹੈਂਡਲ ਲਾ ਕੇ ਨਾ ਨਾਲੇ ਕੰਮ ਨਿਬੇੜ ਦੂੰਗੇ, ਜੇ ਸਮਾਨ ਆ ਗਿਆ ਦੁਪਹਿਰ ਤੱਕ ਤਾਂ ਹੀ ਆ, ਤਾਂ ਹੀ ਨਿਬੜਦਾ ਕੰਮ ਇਹਨਾਂ ਦਾ, ਵੈਸੇ ਇਹਨਾਂ ਦੇ ਲੋਕ ਲੂਕ ਵੀ ਆਉਣੇ ਆ ਨਾ, ਜੇ ਲਾਉਣੇ ਆ ਇਹਨਾਂ ਨੂੰ, ਸਾਈਡ ਵਿੱਚ ਦਰਾਜ ਪੈਣਾ ਇੱਕ ਲੋਕ, ਇਹਨੂੰ ਇੱਕ ਦਰਾਜ ਨੂੰ ਲੋਕ ਲੱਗਣਾ ਉੱਪਰ ਵਾਲੇ ਨੂੰ। ਦਰਾਜ ਤਾਂ ਹੋ ਗਏ ਆਪਣੇ ਸਾਰੇ, ਤਿੰਨ ਦਰਾਜ ਉਹ ਪਏ ਆ, ਉਹਦਾ ਸਰ ਮੈਕਅਪ ਬਰਾਬਰ ਕਰਤਾ ਵੈ, ਦੋ ਦਰਾਜ ਥੱਲੇ ਪਏ ਆ, ਅਤੇ ਪੱਲਿਆਂ ਲੱਗੇ ਹੋਣਾ, ਟਿੱਪਾਂ ਪੱਟ ਪੱਟ ਕੇ ਨਾਲੇ ਗਰੰਟਰ ਮਾਰ ਕੇ ਰੱਖ ਦੇਣੇ ਇਹ, ਅਤੇ ਬਾਕੀ ਦਰਾਜ ਵਿੱਚ ਪਾ ਦੇਣੇ ਆ, ਅਤੇ ਬਾਈ ਦਾ ਫੋਨ ਆਇਆ ਤਾਂ ਸ਼ਾਇਦ ਸਮਾਨ ਆਉਣਾ ਨਹੀਂ ਹੈਗਾ ਅੱਜ, ਅਤੇ ਜਿੰਨਾ ਕੰਮ ਹੈਗਾ ਉਰੇ ਸਾਰਾ ਕੁ ਨਿਬੇੜ ਕੇ, ਅਤੇ ਉਹਦੇ ਬਾਅਦ ਫਿਰ ਥੋੜ੍ਹਾ ਸਮਾਨ ਲੈ ਕੇ ਜਾਣਾ ਚੱਕ ਕੇ, ਦੇਖ ਲੈਂਦੇ ਦੁਪਹਿਰ ਤੱਕ ਨਿਬੜਦਾ ਹੁਣ ਹੀ ਨਿਬੜਦਾ, ਅਤੇ ਬਾਕੀ ਸਮਾਨ ਤੁਹਾਨੂੰ ਲੈ ਜੂੰਗੀ ਚੱਕ ਕੇ ਉੱਧਰ ਨੂੰ, ਬਾਕੀ ਦੇਖਦੇ ਫਿਰ ਉੱਧਰ ਜਾ ਕੇ ਕਿਆ ਚੱਲ ਬਣਦੀ ਕੰਮ ਦੀ, ਪਹਿਲਾਂ ਉਰੇ ਕੰਮ ਨਿਬੇੜ ਦਿੰਦਾ ਜਿੰਨਾ ਕੰਮ ਹੈਗਾ ਉਰੇ, ਦਰਾਜ ਵਿੱਚ ਪਾ ਦੂੰਗੇ, ਕਿਆ ਪਤਾ ਅੱਜ ਆਉਣਾ ਸਮਾਨ ਕੱਲ੍ਹ ਵੀ ਆਉਣਾ ਕੁਛ ਪਤਾ ਨਹੀਂ ਹੈਗਾ, ਜਾਂ ਸਮਾਨ ਆਊਗਾ ਚਾਹੁੰਦੀ ਗੱਲਾਂ, ਅਤੇ ਜੇ ਦਰਾਜ ਇੱਦਾਂ ਹੀ ਬਾਹਰ ਛੱਡ ਕੇ ਲੰਘੇ ਇੱਦਾਂ ਹੀ ਰੁਲੀ ਜਾਣਾ ਇਹਨਾਂ ਨੇ ਬਾਹਰੇ, ਇਹਦੇ ਚੰਗਾ ਵਿੱਚੇ ਪਾ ਦੂੰਗੇ, ਵਿੱਚ ਸੇਫ ਤਾਂ ਰਹੂੰਗੇ, ਸਰ ਮੈਂ ਕਦੋਂ ਮੈਂ ਕਦਾ ਨਹੀਂ ਟੁੱਟੂੰਗਾ ਇਹਨਾਂ ਦਾ, ਅਤੇ ਬਾਕੀ ਇਹਨਾਂ ਨੂੰ ਕਰਦੇ ਆ, ਚੱਲ ਮਾਰ ਦੇ ਗਰੰਟਰ। ਇਹ ਕਿਸੇ ਨੇ ਖਿੜਕੀ ਨੇ ਤੰਗ ਕਰਿਆ ਵਾ,
ਫੜਦੀ ਨਹੀਂ ਹੈਗੀ, ਹਵਾ ਆਉਂਦੀ ਨਹੀਂ ਅੰਦਰ ਬਾਹਰ, ਹਵਾ ਨਾਲ ਉਹ ਹਿੱਲੀ ਜਾਂਦੀ ਹੈ। ਗਰੰਟਰ ਵੱਜ ਗਿਆ ਸਾਰੇ ਪੱਲਿਆਂ ਨੂੰ, ਬੌਣਾ ਦਰਾਜ ਵਿੱਚ ਮਾੜੇ ਮਾੜੇ ਸਾਫ਼ ਕਰ ਲੈਂਦੇ, ਇਹਨੂੰ ਰੇਲਿੰਗਾਂ ਸਾਫ਼ ਕਰ ਲੈਂਦੇ ਆ, ਉੱਧਰਾਂ ਨਹੀਂ ਕਰ ਲੈਂਦੇ ਅੰਦਰ ਵਾਲੀਆਂ। ਜੇ ਤੂੜ ਜੀ ਲੱਗ ਗਈ ਤਾਂ ਪਰ ਫਿਰ ਚੱਲਣਾ ਨਹੀਂ ਹੈਗਾ, ਬਾਅਦ 'ਚੋਂ ਇਹਨਾਂ ਨੇ ਖਰਾਬ ਛੇਤੀ ਹੋ ਜਾਣੀ ਹੈ ਧੂੜ ਲੱਗੇ ਤਾਂ, ਕਿਉਂਕਿ ਹੁਣ ਗਰੰਟਰ ਮਾਰਿਆ ਕਚਰਾ ਜਿਹਾ ਲੱਗ ਗਿਆ ਤਾਂ ਪਰ ਸਾਫ਼ ਕਰਕੇ ਦਰਾਜ ਪਾ ਦਿੰਦੇ ਆ। ਬਾਕੀ ਕੰਮ ਤਾਂ ਹੈ ਨਹੀਂ ਹੋਰ ਕੋਈ, ਜਿੰਨਾ ਕੰਮ ਹੈਗਾ ਤਾਂ ਸਾਰਾ ਨਿਬੇੜਤਾ ਵਾ, ਬਾਕੀ ਸਮਾਨ ਆਊਂਗਾ ਫਿਰ ਕੰਮ ਚੱਲਣਾ। ਅਤੇ ਬਾਕੀ ਦੇਖਦੇ ਹੁਣ ਪਰਾਂ ਵਾਲੀ ਸਾਈਡ ਨੂੰ ਚੱਲਦੇ ਆ, ਪਰਾਂ ਵਾਲੀ ਸਾਈਡ ਦੇਖਦੇ ਫਿਰ ਜਾ ਕੇ ਕਿਆ ਚਾਲ ਬਣਨੀ ਕੰਮ ਦੀ। ਕਰਤੋ ਸਾਹਿਬ ਰਹਿੰਦਾ ਜੀ, ਠੀਕ ਆ ਨਾ ਘੱਟਾ ਰਿਜ਼ਿੰਗ ਫੇਰ ਥੱਲੇ ਤੇ ਲੱਗ ਜਾਣੀ ਤੇਰੀ ਉੱਧਰ, ਪਰਾਂ ਅੰਦਰ ਤੇ ਵੀ ਕਰ ਦੇ ਮੈਂ ਸਾਫ਼ ਜਿਹਾ ਨੂੰ, ਬਾਕੀ ਇਹਨਾਂ ਨੇ ਆਪੇ ਕਰ ਲੈਣਾ, ਦੂਏ ਛੋਟੂ ਨੇ ਕਰ ਦੇਣਾ ਸਾਫ਼ ਸਾਰਾ ਕੱਪੜ ਬਾਅਦ 'ਚ, ਬਾਕੀ ਮਾੜਾ ਮੋਟਾ ਕਰ ਦੂੰਗੇ ਆਪਾਂ ਨਾ। ਚੈਨਲ ਖੋਲ੍ਹ ਕੇ ਚੈਨਲ ਸਾਫ਼ ਹੋਣੇ, ਪਰਪਰ ਵਾਲੇ ਥੱਲੇ ਥੱਲੇ ਵਾਲੇ, ਇਹਦੇ ਵੀ ਥੱਲੇ ਵਾਲਾ, ਉਹਦਾ ਵੀ ਥੱਲੇ ਵਾਲਾ, ਅੱਪਰ ਵਾਲਾ ਜਦੋਂ ਪਿਆ ਨਹੀਂ ਹੈਗਾ ਕਚਰਾ। ਪਾ ਦੇਣੇ ਬਸ ਹੁਣ, ਨਾਲੇ ਸਾਫ਼ ਕਰ ਤੂੰ, ਨਾਲੇ ਪਾ ਦੇਣੇ ਹੁਣ ਇਹ, ਨਾਲੇ ਨਿਬੇੜ ਦੇਣਾ ਕੰਮ ਇਹਨਾਂ ਦਾ, ਨਹੀਂ ਬਾਹਰ ਰੁੜੀ ਜਾਣੇ ਫਿਰ ਸਮੇਂ ਕਦਮ ਮੁੱਕਣ ਟੁੱਟ ਜਾਵੇ ਇਹਨਾਂ ਦਾ। ਹੋ ਗਏ ਉੱਧਰਲੇ ਬਾਹਰ ਹੈਗੇ ਤੇ ਇਹਨਾਂ ਨੇ, ਇਹੋ ਰੇਲਿੰਗ ਕਰਦੀ ਸਾਫ਼, ਅੰਦਰ ਅੰਦਰ ਕਰਦੀ, ਫਰੰਟ ਪਾ ਮਾਰਦੀ ਮਾੜਾ ਜਿਹਾ ਕੱਪੜਾ ਜਿਹਾ, ਬਾਕੀ ਤਾਂ ਬਾਅਦ 'ਚੋਂ ਹੋਣੀ ਸਫਾਈ ਤੁਹਾਨੂੰ ਨਾ ਕਰੂੰਗੇ। ਲਓ ਬਈ ਦਰਾਜ ਪੈ ਗਏ, ਮੋਟੇ ਮੋਟੇ ਜਿਹੇ ਕਰੇ ਸਾਫ਼ ਇਹ, ਬਾਕੀ ਤਿੰਨਰ ਨਾਲ ਹੋਊਗੇ ਸਾਫ਼, ਕਰਾ ਲੂੰਗੇ ਬਾਅਦ 'ਚੋਂ ਸਾਫ਼, ਕੋਈ ਚੱਕਰ ਨਹੀਂ ਹੈ। ਵਧੀਆ ਲੱਗਦਾ ਸਰ ਮੈਕਾ ਵੀ ਹੈ ਨਾ, ਕਲਰ ਵਧੀਆ ਲੱਗਦਾ ਇਹਦਾ, ਬਸ ਹੈਂਡਲ ਰਹਿ ਗਏ ਇਹਨਾਂ ਦੇ, ਅੱਪਰ ਵਾਲੇ ਦਰਾਜ ਨੂੰ ਲੋਕ ਲੱਗਣਾ, ਬਾਕੀ ਉਹਨੂੰ ਹੈਂਡਲ ਆ, ਉੱਪਰ ਵਾਲੇ ਪੱਲਿਆਂ ਨੂੰ ਵੀ ਹੈਂਡਲ ਲੱਗੂੰਗੇ ਦੂਏ ਗਲ ਕੇ, ਇਹਨਾਂ ਨੂੰ ਦੂਏ ਲੱਗੂੰਗੇ ਪੇਚ ਲਾ ਕੇ ਜਿਹੜੇ ਲੱਗੇ ਕਰਦੇ ਆ। ਬਾਕੀ ਚੱਲਦੇ ਆ ਆਪਾਂ ਉੱਧਰ ਨੂੰ ਸਮਾਨ ਲੈ ਚੱਲਦੇ ਆ, ਥੋੜ੍ਹਾ ਬਹੁਤਾ ਦੇਖਦੇ ਕਿਆ ਕੰਮ ਚੱਲਦਾ ਜਾ ਕੇ। ਮੈਡਮ ਪੁੱਛ ਲਈ ਇਹਨੂੰ ਫੋਨ ਕਰਕੇ ਕਿਆ ਸਮਾਨ ਚਾਹੀਦਾ, ਕਿਆ ਕਿਹਦੀਆਂ ਕਿਤੇ ਨਹੀਂ ਨਵੀਂ ਕਰਾ ਦੇ ਕਿਵੇਂ ਆ ਤੈਨੂੰ ਪਤਾ।
ਕਬਜ਼ ਤਾਂ ਖੋਲੇ ਵੇ ਇਹ ਵੀ ਹੋਏ ਜਾਵੇ ਪੱਲੇ ਵਸ ਰੇੜੀ ਹਾਂ ਖਿੱਚ ਖਿੱਚ ਲਈ ਫੋਟੋ ਇਹਦੀ ਮੈਂ ਇਹ ਤਾਂ ਹਜੇ ਹੋਰ ਵੱਜਣਾ ਨਾ ਅਭੀ ਤੋਂ ਹੋਰ ਵੱਜੇਗਾ ਨਾ ਅੱਛਾ ਉਸਕੇ ਬਾਅਦ ਫਾਈਨਲ ਆਏਗਾ ਅਭੀ ਸਕੋਰ ਇੱਕ ਮਾਰ ਵੱਜੇਗਾ ਉਸਕੇ ਬਾਅਦ ਫਾਈਨਲ ਹੋਗਾ ਅਭੀ ਤੋਂ ਇਹ ਵੀ ਬੜਾ ਰੇਕ ਮਾਰ ਵੱਜਣੇ ਕੋ ਨਾ ਲੱਗ ਜਾਏਗਾ ਟਾਈਮ ਅਭੀ ਬਸ ਕਰੋ ਹੁਣ ਮਿਸਤਰੀ ਰੱਖਣਾ ਬਾਈ ਰੱਖ ਲੈ ਬੰਦਿਆਂ ਨੂੰ ਪੱਕੇ ਰੱਖ ਲੈ ਇਹ ਲੱਗਦੀ ਪੁਲਿਸ ਵਾਲੇ ਆ ਆਹੋ ਕਿਆ ਕਹਿੰਦਾ ਫਿਰ ਬੋਲੀ ਬਾਈ ਕਿਆ ਕਹਿੰਦਾ ਬੋਲੀ ਗਾਣਾ ਨਹੀਂ ਸੁਣਾਇਆ ਮੈਨੂੰ ਗਾਣਾ ਸੁਣਾ ਦੇ ਗਾਣਾ ਮੈਂ ਕਿਆ ਹੈ ਸੁਣਾ ਦੇ ਯਾਰ ਟੂ ਬਾਗ ਚੱਲ ਵਿੱਕੀ ਚੜਾਈਏ ਪੱਲੇ ਫਿਰ ਯਾਰ ਚੱਕੋ ਮੁੰਡਾ ਇਹਨੂੰ ਕਰੋ ਸਾਈਡ ਨੂੰ ਦੋਸਤੋ ਇੱਦਾਂ ਹੀ ਲੱਗ ਦੇਖ ਬਸ ਵੀ ਚੜਾਈ ਨੂੰ ਆਉਂਦਾ ਪਿਛਲੇ ਘਰ ਦੇਖ ਪਹਿਲਾਂ ਜਦੋਂ ਉਸੀ ਟਾਈਮ ਚੜ੍ਹ ਜਾਣੇ ਜੇ ਪੂਰੇ ਪੂਰੇ ਹੁੰਦੇ ਨਾ ਇਹ ਉਸੀ ਟਾਈਮ ਚੜ੍ਹ ਆਉਂਦਾ ਨੀ ਇਹ ਬਾਂਹ ਦੁਖਣ ਲੱਗੀ ਹੈ ਗਾਣਾ ਸੁਣਨ ਵਾਲਾ ਕੰਮ ਨਾ ਕਰੇਗਾ ਲੱਦ ਲੱਦ ਅੱਗੇ ਦੇ ਪਾ ਵਿੱਚ ਹੁਣ ਦੇਖ ਕਿੱਥੇ ਲੱਗਦਾ ਰਹਿੰਦਾ ਸੈੱਟ ਆ
ਲਾਣਾ ਪੈਣਾ ਉੱਪਰ ਨੂੰ ਲਾਣਾ ਪੈਣਾ ਮਤਲਬ ਕਿੰਨਾ ਕੁ ਫਸਦਾ ਹੈਗਾ ਕਿਆ ਉੱਪਰ ਲਾਈ ਪੱਲਾ ਲਾਈ ਉੱਪਰ ਮਾੜਾ ਜਿਹਾ ਉੱਪਰ ਨੂੰ ਹੋਰ ਲਾਣਾ ਪੈਣਾ ਹੈ ਨਾ ਚੱਲੀ ਦਾ ਹੈ ਨਹੀਂ ਛੁੱਟੀ ਚੱਲੇ ਬਸ ਅਸੀਂ ਜੀ ਇੱਕ ਪੀਸ ਲਾਉਣਾ ਬਸ ਰਾਗੋ ਹੋ ਰਾਗੋ ਹੋ ਰਾਗੋ ਹੋ ਰਾਗੋ